आप जी सारे ही सतगुरां दा शहीदी पर्व तन तन साहब सतगुरु गुरु अर्जन देव महाराज जी का शहीदी पर्व मनाउन वास्ते पहुंचे हो। बड़े प्यार सहित गुरु शब्द संगीत अकैडमी दे विद्यार्थियों ने आप जी ने अमृतमय बाणी का कीर्तन श्रवण करवाया। आओ साध संगत केवल कुछ मिनट ही आप जी नाल विचार सांझे करने ने, लगभग समा जो दिता सी उस समाप्त हो चुका है क्योंकि सारिया ने आप जी नूं पता है इकट्ठ इस समय दौरान नहीं हो सकते, पर जिन्हें भी आप जी प्यार सहित आए बड़े प्यार सहित बैठे इसी तरह गैब नाल बैठना। कुछ कहन तो पहला गुरु फतेह जी सांझ पाओ, गज के आखो जी वाहिगुरु जी का खालसा वाहिगुरु जी की फतेह। साहब सतगुरु गुरु अर्जन देव महाराज सच्चे पातशाह जी की शहीदी, साहब गुरु नानक देव महाराज सच्चे पातशाह जी के घर अंदर जां इउं कह लईए कि रूहानियत के दरबार विच इह शहीदी पहली शहीदी होई। गुरसिखी जिहड़ी गुरु साहब ने मर्यादा चलाई उस विच सतगुरु जी शहादत का जाम प्राप्त करते ने, और यह शहादत एक नवेकले अर्थ करके गई। वो अर्थ की ने, यह शहादत किसी नाल लड़ के मरन वाली शहादत नहीं है। ऐसी नहीं है कि दो धिरां मैदाने जंग विच होण, एक ने दूजे नूं सर कर लिया होवे ते जिहड़ा सर हो चुका होवे वो अपणियां नूं वड्डा समझदा है, पर जिहड़े दूसरे पासे दे ने वो अपणियां नूं वड्डा समझदे ने। पर यह शहादत जिहड़ी है इहने जिहनूं आपां पंजाबी विच शब्द वरतदे आं भी जबर दा मुकाबला सबर नाल करना, ये सब तो वड्डी गल है। सियाने कहिंदे ने सहारण शक्ति बहुत वड्डी चीज है, वड्डी चीज है सहारना, सहजा जवाब देना किसी दा बड़ी छोटी चीज है। गुरुआं ने कृपा की भी जुलम दी इंतहा हो गई, सब कुछ सह लिया, जबर दा मुकाबला सबर नाल कर दिया। एक दूसरे अर्थ होर इस शहादत ने सानू दिते, वो की भी रब वालों जो मिले है वो सत वचन है, रब वालों जो मिले है वो भला है। असी बाणी दा बचन पढ़दे हां, कहिंदे ने भी मैनू तेरा कीता होया कौड़ा नहीं कोई लगे लगदा, ना ही लगे मैनू मिठे लगे, तेरा किया मीठा लग, मैनू तेरा कीता होया मिठा लगदा है, ते मेरी डिमांड ये है हर नाम पदार्थ नानक मंग, मैं तेरे तो हरी दे नाम दी याचना करदा, तू मेरी झोली विच नाम पा, मैनू होर कुछ नहीं चाहिए। रही गल दुख दी भुख दी, मैं हस के अपने पिंडे ते हंडा ला, शहादत वालिया ये चीजा बन आईया। शहादत वाले पिछे नहीं हटते,
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਉਹਨਾਂ ਦੀ ਵਾਸਤੇ ਕੁਝ ਬੇਨਤੀ ਮੈਂ ਆਪ ਜੀ ਨਾਲ ਕਰਕੇ ਸਮਾਪਤੀ ਕਰਾਂਗਾ। ਪੱਟ ਮਥੁਰਾ ਜੀ ਇੱਕ ਸਵਈਆ ਕਹਿੰਦੇ ਆ, ਕਹਿਣ ਲੱਗੇ ਗੁਰੂ ਅਰਜਨ ਸਾਹਿਬ ਮੈਂ ਅੰਦਰੋਂ ਕਹਿਣਾ, ਜਬ ਲਓ ਨਹੀਂ ਭਾਗ ਲੀਲਾਰ, ਉਹਦੇ ਲੀਲਾਰ ਕਹਿੰਦੇ ਨੇ ਮੱਥੇ ਨੂੰ, ਉਹਦੇ ਕਹਿੰਦੇ ਨੇ ਪ੍ਰਕਾਸ਼ਮਾਨ ਪ੍ਰਗਟ ਹੋਣਾ। ਕਹਿਣ ਲੱਗੇ ਜਿੰਨਾ ਚਿਰ ਤੱਕ ਮੇਰੇ ਮੱਥੇ ਦੇ ਚੰਗੇ ਭਾਗ ਪ੍ਰਗਟ ਨਹੀਂ ਸਨ ਹੋਏ, ਤਬ ਲੋ ਭਰਮ ਤੇ ਫਿਰਤੇ ਬਹੁਤ ਆਇਆ। ਮੈਂ ਫਿਰ ਉਹਨਾਂ ਚਿਰ ਤੱਕ ਬਹੁਤ ਭਟਕਦਾ ਫਿਰਦਾ ਸਾਂ, ਦੌੜਦਾ ਫਿਰਦਾ ਸਾਂ, ਮਨ ਦੀ ਸ਼ਾਂਤੀ ਲਈ, ਮਨ ਦੇ ਟਿਕਾ ਲਈ, ਮਨ ਦੀ ਚੜ੍ਹਦੀ ਕਲਾ ਲਈ ਕਿਧਰੋਂ ਮਿਲ ਜਾਏ। ਚਾਰ ਸਪੇਰਾ ਘੁੰਮੇ, ਕਿਧਰੋਂ ਨਹੀਂ ਮਿਲੇ। ਜਬ ਲਓ ਨੀ ਭਾਗ ਲੀਲਾਰ ਉਹਦੇ, ਤਬ ਲੋ ਭਰਮ ਤੇ ਫਿਰਤੇ ਬਹੁਤ ਆਇਓ। ਕਹਿੰਦੇ ਕੱਲ ਘੋਰ ਸਮੁੰਦਰ ਮੈਂ ਬੁੱਢਤ ਥੇ, ਮੈਂ ਕਲਯੁਗ ਦੇ ਘੋਰ ਸਮੁੰਦਰ ਵਿੱਚ ਡੁੱਬਿਆ ਹੋਇਆ ਸੀ। ਕੱਲ ਘੋਰ ਸਮੁੰਦਰ ਮੈਂ ਬੁੱਢਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਕਦੀ ਜ਼ਿੰਦਗੀ ਵਿੱਚੋਂ ਪਛਤਾਵਾ ਨਹੀਂ ਸੀ ਮਿਟਿਆ, ਕਦੀ ਜ਼ਿੰਦਗੀ ਵਿੱਚ ਪਛਤਾਵਾ ਨਹੀਂ ਮਿਟਿਆ। ਜਿਹੜਾ ਮਨ ਟਿਕਿਆ ਨਹੀਂ ਨਾ, ਉਹਦੇ ਚੋਂ ਪਛਤਾਵਾ ਕਿਵੇਂ ਮਿਟੇਗਾ। ਮਨ ਦਾ ਟਿਕਣਾ ਹੀ ਸਾਰੀਆਂ ਬੁਰਾਈਆਂ ਦੂਰ ਹੋਣੀਆਂ, ਤਾਂ ਹੀ ਮਨ ਨੇ ਟਿਕਣਾ। ਕਹਿਣ ਲੱਗੇ ਵੀ ਪਛਤਾਵਾ ਨਹੀਂ ਸੀ ਮਿਟਦਾ। ਕੱਲ ਘੋਰ ਸਮੁੰਦਰ ਮੈਂ ਬੁੱਢਤ ਥੇ, ਕਬ ਹੂੰ ਮਿਟ ਹੈ ਰਹੀ ਰੇ ਪਛਤਾਇਓ। ਤਤ ਵਿਚਾਰ ਕਹੇ ਮਥੁਰਾ, ਜਗ ਤਾਰਨ ਕਹੋ ਅਵਤਾਰ ਬਣਾਇਓ। ਕਹਿੰਦੇ ਤਤ ਵਿਚਾਰ ਕੇ ਮਥੁਰਾ ਜੀ, ਕਹਿੰਦੇ ਤਤ ਵਿਚਾਰ ਕੇ ਮੈਂ ਗੱਲ ਕਹਿਣਾ, 16 ਆਨੇ ਖਰੀ ਗੱਲ ਕਹਿਣਾ ਵੀ ਰੱਬ ਨੇ ਭਵ ਸਾਗਰ ਤੋਂ ਜੀਵਾਂ ਨੂੰ ਪ੍ਰਗਟ ਤਾਰਨ ਵਾਸਤੇ ਆਪਣਾ ਸਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਿੱਚ ਰੱਖ ਕੇ ਦੁਨੀਆਂ ਤੇ ਵਿਦਮਾਨ ਹੋ ਗਿਆ, ਪ੍ਰਗਟ ਹੋ ਗਿਆ। ਰੱਬ ਨੇ ਆਖਿਆ ਜੀਵਾਂ ਕੋਲ ਅੱਖਾਂ ਨਹੀਂ ਮੈਨੂੰ ਵੇਖਣ ਦੀ, ਜੀਵਾਂ ਕੋਲ ਕੰਨ ਨਹੀਂ ਮੈਨੂੰ ਸੁਣਨ ਦੇ, ਜਰੇ ਜਰੇ ਵਿੱਚ ਜੋ ਵੱਸਦਾ, ਜੀਵਾਂ ਕੋਲ ਬੋਲ ਨਹੀਂ ਮੈਨੂੰ ਬੋਲਣ ਦੇ। ਕਹਿੰਦੇ ਰੱਬ ਨੂੰ ਤਰਸ ਆਇਆ ਵੀ ਲੋਕ ਮੈਨੂੰ ਵੇਖ ਲੈਣ, ਲੋਕ ਮੈਨੂੰ ਸੁਣ ਲੈਣ, ਲੋਕ ਮੈਨੂੰ ਮੇਰੇ ਬੋਲ ਆਪਣੀ ਰਸਨਾ ਤੋਂ ਕਹਿ ਦੇਣ। ਤੇ ਇਹ ਜ਼ਰੂਰੀ ਹੈ ਇੱਕ ਸਰੀਰ ਨੂੰ ਸਰੀਰ ਨਜ਼ਰ ਆਵੇ। ਉਹਨਾਂ ਨੇ ਰੱਬ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਿੱਚ ਆਪਣਾ ਆਪਾ ਰੱਖ ਦਿੱਤਾ, ਆਖਿਆ ਗੁਰੂ ਅਰਜਨ ਸਾਹਿਬ ਜੀ ਨੂੰ ਦੇਖ ਲਿਓ ਤੇ ਮੈਨੂੰ ਸਮਝਣਾ, ਤੁਹਾਨੂੰ ਰੱਬ ਦੇ ਦਰਸ਼ਨ ਹੋ ਗਏ। ਜਾਂ ਇਉਂ ਕਹਿ ਲਓ ਕਿ ਮੈਂ ਹੀ ਗੁਰੂ ਅਰਜਨ ਹਾਂ, ਰੱਬ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਹੀ ਗੁਰੂ ਅਰਜਨ ਹਾਂ, ਉਹਨਾਂ ਨੇ ਬਚਨ ਹਨ। ਤਤ ਵਿਚਾਰ ਕਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਗਤ ਦੇ ਤਾਰਨ ਲਈ ਰੱਬ ਨੇ ਆਪਣੇ ਆਪ ਨੂੰ ਅਵਤਾਰ ਬਣਾ ਕੇ ਦੁਨੀਆਂ ਤੇ ਪ੍ਰਗਟ ਕੀਤਾ। ਅਗਲਾ ਬਚਨ ਕਹਿੰਦੇ ਨੇ ਹੁਣ ਪਾਰ ਉਤਾਰਾ ਕਿਵੇਂ ਹੋਣਾ। ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਣ ਗਰਭ ਨਹੀਂ ਹੈ। ਵੀ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਪਿਆ, ਸਤਿਗੁਰਾਂ ਦਾ ਉਪਦੇਸ਼ ਮੰਨਿਆ, ਸਤਿਗੁਰਾਂ ਦਾ ਉਪਦੇਸ਼ ਗ੍ਰਹਿਣ ਕੀਤਾ, ਇਹ ਬਾਣੀ ਕਹਿੰਦੀ ਹੈ। ਕਹਿੰਦੇ ਉਹ ਨਾ ਬੰਦਾ ਸੰਕਟ ਵਿੱਚ ਆਇਆ, ਨਾ ਦੁਬਾਰਾ ਗਰਭ ਵਿੱਚ ਆਇਆ, ਤੇ ਨਾ ਹੀ ਜੋਨਾ ਵਿੱਚ ਪਿਆ। ਐਡੀ ਵੱਡੀ ਕਿਰਪਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਪੱਟ ਮਥੁਰਾ ਜੀ ਕਹਿੰਦੇ ਨੇ ਬੇ ਗੁਰੂ ਅਰਜਨ ਸਾਹਿਬ ਜੀ ਨੂੰ ਜਪ ਕੇ ਆ ਦਾਤ ਪ੍ਰਾਪਤ ਹੋ ਗਈ, ਔਰ ਉਹਨਾਂ ਨੇ ਕਿਹਾ ਕਿਉਂ? ਕਿਉਂਕਿ ਗੁਰੂ ਅਰਜਨ ਸਾਹਿਬ ਰੱਬ ਨੇ, ਗੁਰੂ ਅਰਜਨ ਸਾਹਿਬ ਰੱਬ ਨੇ, ਤਾਂ ਹੀ ਗੁਰਦੇਵ ਕਹਿੰਦੇ ਨੇ ਗੁਰੂ ਗੁਰੂ ਜਪੀ, ਗੁਰੂ ਗੁਰੂ ਧਿਆਈ, ਗੁਰੂ ਕੀ ਅਰਦਾਸ, ਜੀ ਕੀ ਅਰਦਾਸ ਗੁਰੂ ਪੈ ਪਾਏ।
तू गुरु गुरु जपी गुरु गुरु ध्याई ती जिंद दी आ जिंद दा अंदर वेदना जड़ी है ना ए गुरु नू कह दे भी तेरा पार उतारा हो जाए अंदरों कही। सतगुरां ने गुरु के स्वारू अपने जीवन विच बड़िया बड़िया मेरा संसार ते कीती बड़े बड़े सिख होए जिन्हां नू अपनी एक रूहानियत दी नजर नाल उन्हां दे आर बुखार भर दित्ते सिखां नू इन्ना माण बख्शिया नाम जपण वाले नू गुरु नानक दे दर दी खिदमत करन वाले नू इन्ना माण बख्शिया ते कहिंदे ने गुरसिखां की हर धूड़ दे हम पापी भी कत पा ए कोई पैगंबर अपने मुरीदां लई कह सकदा ए गुरु नानक दे घर दे ही सी आया उन्होंने कहा रब्बा मैनू अपने सिखां दी अपने प्यारियां दी अपने नाम जपण वालियां दी चरण धूड़ बख्श दे मेरा भला इतिहास ने बड़े बड़े बोल गुरु अर्जन साहब सच्चे पातशाह महाराज जी दे सांभे ने बाणी तां उन्हां दी अपनी रचना है ही है इतिहास ने भी उन्हां दे पवित्र अस्थान ने जिथे सतगुरां ने चरण पाए जिथे निवास रखिया जिन्हां सिखां ते मेहरां कीतियां एक सिख दे उत्ते गुरु साहिब जी ने अपनी मेहर दा मीह बरसा दिया असी और सानू उन्होंने की किया कहिंदे भी आ चेते रखी तू सेवक बन जा ते गरंटी नाल मैं तेनू कहना भी जिहड़ा सेवक हुंदा रब कदी उहनू औखी घड़ी नहीं वेखण दिंदा सेवक हो ना शर्त होती अपना नहीं वेखण दे आज दे राखे प्रतपाले गुरु कहिंदे तू बन जा एक बारी ओदा तेरे सारे कार्य मालक को आप करे एक उन्होंने वचन बाणी विच कहे सुलही खां चढ़ के आ गया सुलभी खां भी आया किसे ने कहिंदे रब ते यकीन किन्ना होना चाहिए देखो ये अज सब तो वड्डी जिहड़ी मार है ना ये पै रही है कि रब दे उत्ते भरोसा जिहड़ा है उतों उतों ते बंदा करदा है उतों उतों कहिंदा मैं तेरा पर वड्डी गल ये है कि रब दी नजर इन्नी बरीक है वह वेखदा अंदरों भी अंदर किन्ना कु भरोसा है। गुरु साहिब जी ने वचन कहा कहिंदे वेख जदों सुरी खां चढ़ के आया तो सिखां ने बेनती की भी महाराज ये बड़ा जालम बंदा है भी कोई चिट्ठी पत्र भेज के ये कोई सुला सफाई की गल कर ली कुछ ने कहा जी कोई दो चार बंदे भेजिए जी चलो इन कोई ठंडा करिए सतगुरु कहिंदे मैं सब दी सुन लई मैं आख्या कोई गल नहीं जे चढ़ के आया ये भी तो किसी का भेजा होया मालक दा है मैं अपने मालक मेरा मालक भी है यकीन हो गए कहिंदे ने बस चढ़ के आया सी माड़ी बिरती नाल पर रब ने दास दी रब ने कहिंदे मेरी सुन ले प्रथमे मता दोए पत्री चलाव द्वितीय मता दोए मानक पठाम पहला सलाह हुई भी दो चार एक दो चिट्ठी लिखी है
दूजी सलाह बनी भी दो चार बंदे भेजिए, तृतीय मता किच करूं पाया, तीजा सलाह बनी भी चलो ये जे दो नहीं करने ते कुछ होर अपना बेड़ा कर लीए, कोई अपना प्रबंध कर लीए, भी जे मुकाबला करना पिया फिर की करांगे। प्रथमे मता किच पत्री पठामो, द्वितीय मता द्वे मानक पठामो, तृतीय मता किच करूं उपाया, कहते मैं सब किच छोड़ प्रभ तो ही दे। रबा मैं सारे सलाह मसले छड़ दते, मैं तेनू ते आया, ते नतीजा ओदा की निकलिया, जेड़ा बिरती लेके आया सी पुठिया पुठी इस घर पति गुरु नानक दे घर प्रति, कह लगे ओ सुलगी होए मुआ ना पाक, मंदा चितवत चितवत पचिया, जिन रचिया तिस दीना ताक। इथी बस नहीं, पुत्र मीत धन कछु ना रहे उस, छोड़ गया सब भाई साख। कहिंदे ने आया सी मैनू खराब करन लई, ते अपना कख भी नहीं रिया। ये रब ते ये नहीं भी गुरु किसी का बुरा चुतवदा नहीं, कहिंदे रब ते भरोसा करो, तेरी थां ते तू भरोसा करी, तेरी थां ते रब खलोए। भरोसा नहीं, रब कहिंदा तू ते मेरी थां ते खलोण लई तियार नहीं, ते मैं कमला मैं तेरी थां ते खलोण। पहला नहीं हुई होगी कि ऐसे तसीये दिते जान, इना दुख दिता जाए, इना शरीर नु पीड़ित कीता जाए। ते भाई गुरदास कहिंदे ने ओ रात तुसी महसूस करदे होवोगे भी जिहड़ी छालियां वाली रात होवेगी किवें लंघी होवेगी, हर शरीर कहेगा बड़ी दुखां वाली रात होएगी। पर भाई गुरदास कहते मेरे गुरु अर्जन साहब ने वो भी रात जिहड़ी सुख संपट विच रहण, सुख दे आसन ते रात बतीत कीती, तां ही कहिंदा है गुरु अर्जन विटों कुरबाणी। गुरु अर्जन साहब महाराज जी तो बलिहार, तां ही जाने इन्या दुख रहिंदे गुर दरियाओ विच, हमेशा ही खिड़े हुए। उन्होंने कृपा की, पंचम पातशाह जी ने पहला शहादत दिते, दोवां दा समेत अंदर सिखी जी भगती शक्ति नाम बाणी शहादत। जदों अगे गल आई पुत्र दी, उन्होंने कहा ये चरम सीमा की गल गुरु नानक का घर असीं कर चुके,
ਹੁਣ ਇੱਕ ਨਹੀਂ ਦੋ ਤਲਵਾਰਾਂ ਤਨ ਤੇ ਪੈਣੀਆਂ। ਉਸ ਤੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ। ਦਸਮ ਪਾਤਸ਼ਾਹ ਜੀ ਸਿੱਖੀ ਦੇ ਇਸ ਤਸਵੀਰ ਵਿੱਚ ਤਸਵੀਰ ਸਾਹਿਬ ਕਹਿੰਦੇ ਸੀ ਬੜੇ ਖੂਬਸੂਰਤ ਰੰਗ ਰੂਹਾਨੀਅਤ ਦੇ ਗੁਰੂਆਂ ਨੇ ਭਰੇ ਸੇਵਾ ਕਰਨ ਦੇ ਸੰਗਤ ਕਰਨ ਦੇ ਪੰਗਤ ਵਿੱਚ ਬੈਠਣ ਦੇ ਸ਼ਹਾਦਤ ਦੇ ਫਿਰ ਕੋਮਲਤਾ ਦੇ ਫਿਰ ਵੀਰ ਰਸ ਦੇ ਫਿਰ ਛਾਤੀ ਡਾਹ ਕੇ ਜ਼ੁਲਮ ਅੱਗੇ ਅੜਨ ਦੇ ਐਸੇ ਐਸੇ ਖੂਬਸੂਰਤ ਰੰਗਾਂ ਨਾਲ ਰੰਗੀ ਹੋਈ ਹੈ ਸਿੱਖੀ ਦੀ ਤਸਵੀਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਕੰਮਲ ਰੂਪ ਦੇ ਕੇ ਗੁਰੂ ਗ੍ਰੰਥ ਸਾਹਿਬ 'ਤੇ ਲੜ ਲਾ ਕੇ ਆਖਿਆ ਸੀ ਅੱਜ ਖਾਲਸਾ ਸਪੂਰਨ। ਇਹ ਗੁਰੂ ਸਾਹਿਬ ਜੀ ਦਾ ਪਿਆਰ ਮਨਾ ਰਹੇ ਹਾਂ। ਇੱਕ ਬਹੁਤ ਵੱਡੀ ਕਿਉਂਕਿ ਗੁਰੂਆਂ ਦੀ ਸ਼ਹਾਦਤ ਸਤਿਗੁਰਾਂ ਨੂੰ ਇੱਕ ਸ਼ਬਦ ਵਰਤਿਆ ਜਾਂਦਾ ਹੈ ਸ਼ਹੀਦਾਂ ਦੇ ਸਿਰ ਦਰਤਾਜ ਕਹਿੰਦੇ ਨੇ ਸਿਰ 'ਤੇ ਸਜਿਆ ਹੋਇਆ ਤਾਜ। ਸ਼ਹੀਦ ਹੋਰ ਵੀ ਬੜੇ ਨੇ, ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਸ਼ਹੀਦ ਪਹਿਲਾਂ ਹੋਏ ਨੇ ਭਾਈ ਤਾਰੂ ਪੋਪਟ, ਉਹਦਾ ਜ਼ਿਕਰ ਵੀ। ਪਰ ਗੁਰੂ ਅਰਜਨ ਸਾਹਿਬ ਜੀ ਸ਼ਹੀਦਾਂ ਦੇ ਸਿਰ ਤਾਜ ਕਹਿੰਦੇ, ਜੈਸੀ ਸ਼ਹੀਦੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਸੇ ਪੰਜਾਬੀ ਦੇ ਕਿਸੇ ਸਿਆਣੇ ਦੇ ਸ਼ਬਦ ਲਿਖੇ ਨੇ, ਕਹਿੰਦੇ ਚੰਦਨ ਚੰਦਰਾ ਚੰਦ ਚੜਾਉਂਦਾ, ਕਹਿੰਦਾ ਜਲਦੀ ਰੇਤ ਤਪਾਓ ਛੇਤੀ, ਦਿਆਓ ਗੁਰੂ ਅਰਜਨ ਨੂੰ ਬਿਠਾਓ ਤੱਤੀ ਤਵੀ 'ਤੇ, ਰੇਤਾ ਸੀਸ 'ਤੇ ਗਰਮ ਪਾਓ ਛੇਤੀ। ਸਤਿਗੁਰ ਆਏ ਅਤੇ ਆ ਕੇ ਕਹਿਣ ਲੱਗੇ, ਤਵੀ ਤਪਾਉਣ ਦਾ ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਹੈ ਉਹ ਰੰਗ ਤੁਹਾਡੀ ਤਵੀ ਵਿੱਚ ਰੰਗ। ਉਹਨਾਂ ਨੇ ਪਰ ਕਿੰਨੀ ਵੱਡਾ ਉਹਨਾਂ ਦਾ ਫੇਰ ਬੜੀ ਵੱਡੀ ਸਬਰ ਵਿੱਚ ਰਹਿਣਾ। ਅੱਜ ਤਾਂ ਨਿੱਕੀ ਜਿਹੀ ਗੱਲ ਨਹੀਂ, ਨਿੱਕੀ ਜਿਹੀ ਗੱਲ ਮੈਨੂੰ ਇਹਨੇ ਆਹ ਗੱਲ ਕਹੀ, ਜਿੰਨਾ ਚਿਰ ਮੈਨੂੰ ਪਿੰਡੋਂ ਨਾ ਕੱਢ ਦੇ ਇਹਨੇ ਮੈਨੂੰ ਇੰਨੀ ਗੱਲ ਤੱਤੀ ਗੱਲ ਕਹੀ, ਗੱਲ ਹੀ ਕਹੀ ਹੈ ਨਾ। ਸਿੱਖ ਮੈਨੂੰ ਤੱਤੀ ਤਵੀ 'ਤੇ ਬਿਠਾ ਕੇ ਥੱਲੇ ਅੱਗ ਬਾਲੀ, ਉਹਨੂੰ ਉਹ ਵੀ ਕਿਹਾ ਮੈਂ ਸ਼ਾਮ ਅਸੀਂ ਕਹਿ ਲੈਂਦਾ, ਮੈਨੂੰ ਗੁੱਸੇ ਨਾਲ ਬੋਲਿਆ ਇਹਦਾ ਮੈਂ ਭਾਜੀ ਮੋੜਦਾ। ਇੰਨਾ ਲੰਮਾ ਚੌੜਾ ਗੁਰੂਆਂ ਨੇ ਕਿਹਾ ਵੀ ਨਹੀਂ ਤੂੰ ਸਹਿਣਾ ਸਹਿਣਾ ਗੁਰੂ ਮਹਾਰਾਜ ਕਿਰਪਾ ਕਰਨ ਨਹੀਂ ਤੂੰ ਸਤਿਗੁਰੂ ਮਿਹਰ ਕਰਨ, ਤੁਹਾਡਾ ਸਭ ਦਾ ਧੰਨਵਾਦ। ਕੁਝ ਸਮਾਂ ਨਹੀਂ ਇੰਨਾ, ਅਤੇ ਫਿਰ ਵੀ ਇੱਕ ਬੇਨਤੀ ਮੈਂ ਹਰ ਵਾਰੀ ਕਰਦਾ ਕਿਉਂਕਿ ਇਹਨਾਂ ਦਿਨਾਂ ਵਿੱਚ ਨਾ ਕਰੋਨਾ ਵਾਇਰਸ ਚੱਲਦਾ ਹੈ ਪਿਆ, ਉਹ ਬਿਮਾਰੀ ਪਰ ਉਹ ਵੀ ਸਾਰੇ ਹੀ ਬੰਦ ਨੇ ਘਰਾਂ ਵਿੱਚ, ਯਤਨ ਕਰਿਆ ਕਰੋ ਫਿਰ ਵੀ ਬਾਹਰ ਜਾਂਦੇ ਹੋ ਆਪਣਾ ਧਿਆਨ ਆਪ ਰੱਖਣਾ। ਗੁਰੂ ਘਰ ਵੀ ਆਉਂਦੇ ਹਾਂ ਕਈ ਵਾਰੀ ਸੇਵਾਦਾਰ ਆਪ ਜੀ ਨੂੰ ਬੇਨਤੀ ਕਰਦੇ ਨੇ ਕਿ ਬੱਚੇ ਕਿਉਂਕਿ ਗੈਪ ਵਿੱਚ ਬਹਿਣਾ ਪੈਂਦਾ, ਉਹ ਗੱਲ ਮਹਿਸੂਸ ਨਹੀਂ ਕਰਨੀ ਕਿਉਂਕਿ ਉਹ ਸਾਡੇ ਤੁਹਾਡੇ ਸਾਰਿਆਂ ਦੇ ਭਲੇ ਵਾਸਤੇ, ਅਤੇ ਜੇ ਕੋਈ ਸੇਵਾਦਾਰ ਕਹਿ ਵੀ ਨਾ ਵੀ ਥੋੜ੍ਹਾ ਜਿਹਾ ਅੱਗੇ ਪਿੱਛੇ ਹੋ ਜਾਓ, ਮਹਿਸੂਸ ਨਹੀਂ ਕਰਨਾ ਵੀ ਇਹ ਤਾਂ ਗੁਰਦੁਆਰਾ ਸਾਹਿਬ ਆਈ ਤਾਂ ਸੇਵਾਦਾਰ ਕਦੇ ਕਦੇ ਗਾਂਹ ਹੋ ਜਾ ਕਦੇ ਕਦੇ ਪਿਛਾਂ ਹੋ ਜਾ, ਕਿਉਂਕਿ ਇਹ ਤਾਂ ਸਹਿਣ ਵਾਲੀ ਗੱਲ ਹੀ ਹੈ। ਅਤੇ ਪਰ ਇਹ ਮਜਬੂਰੀ ਹੈ ਅਤੇ ਥੋੜ੍ਹਾ ਜਿਹਾ ਉਹਨਾਂ ਦੀ ਬੇਨਤੀ ਨੂੰ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰ ਲਿਆ ਕਰੋ। ਅਤੇ ਸੰਗਤ ਵੱਡੀ ਹੈ, ਜਿਹੜੇ ਸੇਵਾਦਾਰ ਨੇ ਦੱਸ ਰਹੇ ਨੇ ਉਹ ਹਮੇਸ਼ਾ ਚਲੋ ਜੇ ਥੋੜ੍ਹੀ ਬਾਲੀ ਗਲਤੀ ਵੀ ਕਰਦੇ ਹਨ, ਅਤੇ ਦਿਆਲੂ ਜਿਹੜੇ ਜਿਨ੍ਹਾਂ ਨੂੰ ਗੁਰੂਆਂ ਨੇ ਦਿਆਲਤਾ ਦਾ ਲਖਬ ਬਖਸ਼ਿਆ ਨਾ, ਉਹਨਾਂ ਨੂੰ ਦਿਆਲਤਾ ਕਰਨੀ ਵੀ ਪੈਂਦੀ ਹੈ।
संगत रब है ना, ते गुरु साहब ने भगतां ने रब नूं वी बचन कहे सन कि रब्बा एक गल सुन, सारे नाम तेरे करके ने, गोपाल तेनू कहिंदे, मुरारी तेनू कहिंदे, वाहिगुरु तेनू कहिंदे, पर एक नाम, ये सारे नाम तेरी वड़ियाई करके। गोपाल तेनू तां कहिंदे ने तू धरती नूं पालदा, होर भी ना तेरे कीर्त नाल संबंधित ने, पर एक नाम असीं साडे करके है तेरा। रब कहन लगा भी मेरा नाम थोड़े करके किवें, कहिंदे असीं पाप करदे हां ते तू पदत पावण, असी पाप ना करिए तेनू बदत पावन कौन कहे। रब कहिंदा भी ये गल बिल्कुल सही है, भी ये ना थोड़े करके है, इस करके संगत भी बदत पावन है, क्योंकि गुरु जो हो रब का रूप जो हो तो सतगुरु मेहर कर सबनों नाम बनता, व्याज चढ़ती कला बख्शिश करनी, को बेनती प्रवान करो।